ਅਸਲਾਮ ਵਾਲੇਕੁਮ, ਤੁਸੀਂ ਸਾਡੇ ਯੂਟਿਊਬ ਚੈਨਲ ਲਈ ਦਾ ਗਰੀਬ ਅਤੇ ਮੈਂ ਤੁਹਾਡਾ ਦੋਸਤ ਹਾਜੀ ਮੁਹੰਮਦ। ਅੱਜ 22 ਤਰੀਕ ਹੈ, 22 ਤਰੀਕ 11ਵਾਂ ਮਹੀਨਾ 2024, 7:24 ਹੁੰਦੇ ਪੈਣ, ਸੁਬਹਾ ਸੁਬਹਾ ਦਾ ਟਾਈਮ ਹੈ। ਮੈਂ ਆਇਆ ਖੜਾ ਕਾਦਰ ਬਾਈ ਸੂਈਏ ਦੇ ਫਾਰਮ 'ਤੇ, ਉਹ ਬੱਚੇ ਛੱਚਿਆਂ ਨੂੰ ਦੁੱਧ ਪਿਲਾ ਰਹੇ ਛੋਟਿਆਂ ਨੂੰ, ਠੀਕ ਹੈ। ਅੱਲਾ ਖੈਰ ਕਰੇ, ਇਹਦੇ ਕੋਲੋਂ ਦੇ ਕੋਈ ਅਗਰ ਬੱਕਰੀਆਂ ਕੋਈ ਸੇਲ ਕਰਨਾ ਚਾਹੁੰਦਾ ਹੈ, ਫੋਨ ਕੀਤਾ ਮੈਨੂੰ, ਮੈਂ ਆ ਗਿਆ ਸੁਬਹਾ ਸੁਬਹਾ, ਠੀਕ ਹੈ। ਅੱਲਾ ਖੈਰ ਕਰੇ, ਵੀਡੀਓ ਬਣੇ ਦੇ ਪਏ, ਠੀਕ ਹੈ ਜੀ। ਇਹ ਜੀ ਅੱਲਾ ਖੈਰ ਕਰੇ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਖੜ ਮਦਨੀ ਮੈਂ ਕੋ ਟੱਪਣ ਨੇ, ਮਾਸ਼ਾਅੱਲਾ, ਮਾਸ਼ਾਅੱਲਾ, ਮਾਸ਼ਾਅੱਲਾ ਜੀ, ਮਾਸ਼ਾਅੱਲਾ, ਮਾਸ਼ਾਅੱਲਾ। ਇਹਦੇ ਤਲੇ ਕਿਹੜੀ ਸ਼ਾਇ ਹੈ ਕਾਦਰੂ? ਇਹ ਬੱਕਰੀ ਦੇ ਤਲੇ? ਹਾਂ, ਅੱਛਾ, ਡੂਨਾ ਰਹਿਣ ਵੇਚਿਆ ਨੇ। ਇਹ ਵੇਚਣੀ ਹੈ ਇਕੱਲੀ? ਨਹੀਂ ਵੇਚਣੀ, ਅੱਛਾ, ਮਾਸ਼ਾਅੱਲਾ। ਹੁਣ ਕੋਈ ਵੀ ਕਹੂ ਹੈ ਸਹੀ? ਹਾਂ, ਚੰਗੀ ਦੁੱਧ ਵਾਲੀ ਬੱਕਰੀ ਦਿਖਾਓ ਸਾਨੂੰ। ਇਹ ਜੀ ਅੱਲਾ ਖੈਰ ਕਰੇ। ਅੱਛਾ, ਇਹ ਜਿਹੜੀਆਂ ਖਣੀਆਂ ਥਈਆਂ ਬੀਤਲ ਬਰਬਾਨੀ, ਇਹ ਜੋੜੀ, ਇਹ ਨਰਮ ਡੂਏ ਮਾਧੀ ਨਾ? ਹਾਂ, ਇੱਕ ਇਹ ਖੜੀ ਹੈ ਬਈ, ਇਹ ਖੜੀ ਹੈ। ਇਹ ਜਿਹੜੇ ਨਰ ਵਧਣ ਵਿੱਚ? ਅੱਛਾ ਅੱਛਾ ਅੱਛਾ, ਕੁਰਬਾਨੀ ਵਾਸਤੇ ਤਿਆਰ ਕਰੇ ਨੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਇਹ ਜੀ ਕਾਦਰ ਬਾਈ ਦੀ ਖਰੈਤ ਵਾਲੀ ਬੱਕਰੀ ਹੈ, ਇਹ ਦੇਖੋ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਬਹੁ ਅੱਛੀਆਂ ਬੱਕਰੀਆਂ ਕਾਦਰ ਬਾਸ਼ ਕੋਲ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਮੈਂ ਡੋਵਣਾ ਨਹੀਂ, ਮੈਂ ਡੋਵਣਾ ਨਹੀਂ। ਇਹ ਭਾਈ ਜਾਨ, ਤੁਹਾਨੂੰ ਇੱਕ ਮੈਂ ਗੱਲ ਸਮਝਾਵਾਂ, ਇਹ ਜਿਹੜੀ ਬੱਕਰੀ ਹੁੰਦੀ ਹੈ, ਇਹਨੂੰ ਇੱਕੋ ਬੰਦਾ ਚੋਈ ਕਰੇ ਸੀ ਤੇ ਦੁੱਧ ਦੇ ਸੀ, ਨਾ ਤਾਂ ਦੁੱਧ ਕਹਿਣਾ ਦੇ ਸੀ। ਇੱਕੋ ਬੰਦਾ ਚੋਈ ਕਰੇ ਸੀ, ਉਹਦੀ ਆਦਤ ਬਣੇ ਸੀ ਤੇ ਦੁੱਧ ਦੇ ਸੀ, ਦੂਜੇ ਬੰਦੇ ਕੋਈ ਦੁੱਧ ਨਹੀਂ ਦਿੰਦੀ, ਨਾ ਉਹਦੇ 'ਤੇ ਵਣਦੀ, ਠੀਕ ਹੈ। ਵਣਨ ਦਾ ਮਕਸਦ ਨਾ ਉਹਦੇ ਨਾਲ ਆਦਤ ਬਣੇ ਸੀ। ਕਦੀ ਕੋਈ ਬੱਕਰੀ ਚੋਈ ਕਰੇ, ਕਦੀ ਕੋਈ ਕਰੇ, ਇਸ ਤਰੀਕੇ ਨਾਲ ਬੱਕਰੀ ਦੁੱਧ ਕਦੀ ਵੀ ਨਾ ਦੇ ਸੀ। ਹੁਣ ਡਿੱਠਾ ਵੇ ਮੈਂ ਬੱਕਰੀ ਨੂੰ ਹੱਥ ਮਾਰੇ ਤੇ ਬੱਕਰੀ ਮੈਨੂੰ ਦੇ ਜਲੇ ਸਿੰਘਿਆ, ਮੈਂ ਤਾਂ ਹੋਰ ਆਮੀ ਉਹ ਲੱਤਾਂ ਮਾਰਨ ਪੈ ਗਈ। ਇਹਦੀ ਆਦਤ ਬਣਾਉਣ ਦਾ ਇੱਕ ਤਰੀਕਾ ਇਹ, ਥੋੜ੍ਹਾ ਜਿਹਾ ਦੁੱਧ ਬਰਤਨ ਚੋਈ ਕਰੋ, ਉਹਦੇ ਚੀਨੀ ਪਾਓ, ਚੀਨੀ ਪਾ ਕੇ ਬੱਕਰੀ ਨੂੰ ਦਿਓ, 2-3 ਦਿਹਾੜੇ ਦੇ ਸੋ, ਉਹ ਤੁਹਾਡੇ ਉੱਤੇ ਆਦਤ ਬਣਾਵੇ ਸੀ। ਇਹ ਚੀਜ਼ ਦਾ ਗੌਰ ਖਾਸ ਖਿਆਲ ਰੱਖਣਾ, ਠੀਕ ਹੈ ਜੀ। ਅੱਛਾ ਕਾਦਰ ਬਾਈ, ਪਹਿਲੇ ਸਭ ਕੋਈ ਦੁੱਧ ਵਾਲੀ ਬੱਕਰੀ ਦਿਖਾ, ਜਿਹੜੀ ਵੇਚਣੀ ਹੋਵੇ, ਇਹਦੇ ਤਲੇ ਕਿਹੜੀ ਸ਼ੈ? ਮਾਧੀ ਹੈ, ਮਾਸ਼ਾਅੱਲਾ। ਪਹਿਲਾ ਵਾਰ ਹੈ ਦੂਜਾ? ਦੂਜਾ ਵਾਰ ਵੀ ਇਹੀ ਖੜੀ ਹੈ। ਅੱਛਾ, ਦੂਜਾ ਵਾਰ ਵੀ ਇਹੀ ਖੜੀ, ਮਾਸ਼ਾਅੱਲਾ। ਇਹਦੀ ਕਿਆ ਕੀਮਤ ਹੈ? ਤਲੇ ਹੀ ਕਮਾ ਦੀਏ ਨਾ, 2 ਲੱਖ ਇਹਦਾ, 2 ਲੱਖ ਕੋਈ ਪਿਆਰ ਮੁਹੱਬਤ?
ਅੱਛਾ ਤੱਲੇ ਮਾਦੀ ਹਿੱਕ ਹੈ ਤੇ ਫਲ ਇੱਕੋ ਦਿੱਤਾ ਸੀ ਦੂ ਨਾ ਫਲ ਤਾਂ ਢੇਰ ਜਾਨੇ ਬਈ ਵੇਚੇ ਅੱਛਾ ਵੇਚੇ ਨਹੀਂ ਅੱਛਾ ਢੇਰ ਕਿਤਨੇ ਇਹ ਤ੍ਰੈ ਫਲ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਇਹ ਦੂ ਫਲ ਤਾਂ ਹੈ ਨਰ ਹੈ ਮਾਦੀ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਇਹ ਵੇਚਣੀ ਹੈ ਨਾ ਇਹ ਦੂ ਇਹ ਨਾ ਵਿਚੇ ਬੱਕਰੀਆਂ ਗੱਭਣਾ ਹੈਗੀਆਂ ਗੱਭਣਾ ਵਿੱਚ ਅਸੂ ਹਾਂ ਗੱਭਣਾ ਦੀ ਖਾ ਗੱਭਣਾ ਦੀ ਖੀਰ ਪੀਂਦੇ ਖਣੇ ਚਲੋ ਚਲੋ ਗੱਭਣਾ ਦੀ ਖਾ ਦੇ ਨਰ ਖਰੇ ਨਰ ਵਿੱਚ ਅਸੂ ਜਾ ਅੱਛਾ ਹਾਂ ਕੋਈ ਇਹਦੇ ਨਾਲ ਕੋਈ ਮਾਦੀ ਰਲਾ ਨਾ ਹਾਂ ਮਾਦੀ ਇਹ ਕੋ ਮਾਦੀ ਹੁੰਦੀ ਇਹ ਹਾਂ ਇਹ ਮਾਦੀ ਨਾ ਪਾਈ ਕੋ ਨਾ ਪੰਨਾ ਪੰਨਾ ਇਕੱਠਾ ਜੋੜਾ ਦਿਖਾ ਇਹ ਉਹ ਨਰ ਮਾਦੀ ਇੱਕੋ ਜਿਹੜੇ ਕਿੰਨੇ ਤੋਂ ਇੱਕੋ ਦੇ ਦੇ ਦਿਖਾ ਦੇ ਮਾਸ਼ਾਅੱਲਾ ਜੀ ਦੇਖੋ ਜੀ ਚੌੜਾ ਮੱਥਾ ਇਹ ਤਕਰੀਬਨ ਕਿਤਨੀਆਂ ਉਮਰਾਂ ਦਾ ਹੋਸੇ ਉਸੇ ਦਾ 11 ਉਮ ਜੋੜਾ ਦਿਖਾ 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 ਸੁਬਾ ਸੁਬਾ ਦਾ ਟਾਈਮ ਹੈ ਜੀ ਸੂਰਜ ਨਿਕਲ ਰਿਹਾ ਹੈ ਜੀ ਅੱਛਾ ਇਹ ਕਿਤਨੇ ਮਹੀਨਾ ਦੇ ਹਟ ਵਾਈ ਤੁਹਾ ਕੋਲੇ ਦੋਨਾਂ ਨੇ ਅੱਛਾ 7-8 ਮਹੀਨਾ ਦੇ ਅੱਛਾ ਇਹ ਕੋ ਪਿੱਛਾ ਕਰੇ 7-8 ਮਹੀਨਾ ਦੇ ਇਹ ਜੋੜੇ ਦੀ ਕੀ ਕੀਮਤ ਹੈ ਇਹ ਜੋੜੇ ਦੀ ਕੀਮਤ ਮੰਗਦਾ 80 ਪਿਆ 80 ਕਿ ਪਿਆਰ ਮੁਹੱਬਤ ਹਾਂ ਪਿਆਰ ਮੁਹੱਬਤ ਇਹ ਜੀ ਇਹ ਨਾਰੇ ਇਹ ਮਾਦੀ ਹੈ 80,000 ਰੁਪਿਆ ਮੰਗਦਾ ਜੋੜੇ ਦਾ ਵਲਾ ਇਹਨਾਂ ਨੂੰ ਇੱਕ ਦਵਾ ਇਕੱਠਾ ਕਰੇ ਠੀਕ ਹੈ ਅਤੇ ਪਿਆਰ ਮੁਹੱਬਤ ਕਰ ਗਿੰਸਾ ਇਹ ਕਿੰਨਾ ਦਸੀ ਇੰਦੀਆਂ ਦੀ ਉਮਰ ਉਮਰ 8-8 ਮਹੀਨੇ ਸਾਰੇ 8-8 ਮਹੀਨਾ ਦੇ ਠੀਕ ਹੈ ਠੀਕ ਹੈ ਠੀਕ ਹੈ ਜੀ ਉਹ ਮਾਦੀ ਹੈ ਇਹ ਨਰ ਹੈ 80,000 ਮੰਗਦਾ ਪਿਆਰ ਮੁਹੱਬਤ ਕਰ ਗਿੰਸੀ ਬੀਆ ਕੋਈ ਹਾਂ ਕੋਈ ਥੋੜੀ ਜੀ ਜਾਇਜ਼ ਕੀਮਤ ਵਾਲੀ ਦਿਖਾ ਨਾ ਬੱਕਰੀ ਪੱਠ ਹਾਂ ਜੀ ਬਈ ਮਾਦੀ ਨਰ ਮਾ ਇਹ ਮਾਜਾ ਨੂੰ ਸਿੰਘ ਹੈ ਬੱਕਰੀ ਬੱਕਰੀ ਬਈ ਮਾਦੀ ਅੱਛਾ ਇਹ ਮਾਵਾਂ ਦੀ ਹਨ ਅੱਛਾ ਇਹ ਕਿੱਕਰ ਵਿੱਚ ਪੈਨ ਥਾਏ ਯਾਰ ਬੱਕਰੋ ਸਿੱਕੇ ਦੇ ਚਾਨ ਕਰ ਸੰਗੀ ਇਹ ਮਾਦ ਨੇ ਲੁਹਾਏ ਅੱਛਾ ਜੀ ਹਾਂ ਇਹ ਕਬ ਕਾਬੂ ਕਰੇ ਕਾਬੂ ਇਹ ਪੂਸੀ ਕਿਉਂ ਖੜੀ ਹੈ ਇਹ ਦੇ ਚਰਦੀ ਜਿਹੜੇ ਚੰਗਾਲ ਦੇ ਅੱਛਾ 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 ਇਹ ਜਾਨੀ ਕਿ ਮਾਵਾਂ ਦੀ ਹਨ ਹਾਂ ਲੁਹਾਏ ਇਹਨਾਂ ਦੀ ਕੀ ਕੀਮਤ ਹੈ ਇਹਨਾਂ ਦੀ ਕੀਮਤ ਰੁਪਏ ਲੱਖ ਸਿਰੋ ਲੱਖ ਹਾਂ ਬੱਕਰੀ ਗੱਭਾਣੇ ਅੱਛਾ ਹਾਂ ਬੱਕਰੀ 3 ਮਹੀਨੇ ਤੋਂ 3.5 ਮਹੀਨੇ ਦੀ ਕਰਾਸ ਹੈ ਕਰਾਸ ਹੈ ਗੱਭਾਣੇ ਗੱਭਾਣੇ ਅੱਛਾ ਗੱਭਾਣੇ ਹਾਂ ਜ਼ਿੰਮੇਵਾਰ ਗਾਰੰਟੀ ਅੱਛਾ ਇਹ ਇਹ ਮਾਦੀ ਤੇ ਇਹ ਇਹ ਮਾਦੀ ਕਿੰਨੇ ਮਹੀਨਾ ਦੀ ਹੈ ਇਹ ਤਕਰੀਬਨ 7 ਮਹੀਨੇ ਦੀ 7 ਮਹੀਨਾ ਦੀ ਇਹ ਇਹਦੀ ਧੀ ਇਹ ਪਹਿਲੇ ਵਾਰੇ ਦੀ ਜਹੀ ਵਾਰੇ ਦੀ ਹੈ ਨਾ ਇਹ ਇਹੀ ਵਾਰੇ ਠੀਕ ਹੈ ਠੀਕ ਹੈ ਜੋ ਤੀਜਾ ਵਾਰਾ ਗੱਭਣ ਖੜੀ ਹੈ ਤੀਜਾ ਵਾਰਾ ਗੱਭਣ ਹਾਂ ਇਹ ਬਾਈ ਦੂਜੇ ਵਾਰੇ ਦੀ ਅੱਛਾ ਤੇ ਇਹਦੇ ਦੰਦ ਦਿਖਾਵਾਂ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਇਹ ਜੋੜੀ ਦਾ ਕਿਤਨੇ ਪੈਸੇ ਲੱਖ ਆ ਜੀ ਤੇ ਇਹਦਾ ਪਿਆਰ ਮੁਹੱਬਤ ਹੀ ਸੀ ਬਸ ਢੇਰ ਥੋੜੀ ਨੇ ਵੇ ਕਿਉਂ ਜੋ ਇਹ ਬੱਕਰੀ ਇਹਨਾਂ ਦੀ ਕੀਮਤ ਆ ਅੱਛਾ ਇਹ ਜੀ ਜੋੜੇ ਦਾ ਲੱਖ ਰੁਪਿਆ ਮੰਗਦਾ ਇਹ ਮਾਦੀ ਹੈ 6-7 ਮਹੀਨਾ ਦੀ ਉਹ ਬੱਕਰੀ ਹੈ ਠੀਕ ਹੈ ਤੀਜਾ ਵਾਰ ਹੈ ਦੂਜਾ ਤੀਜਾ ਉਹ ਤੀਜਾ ਵਾਰ ਹੁਣ ਗੱਭਣ ਖੜੀ ਅੱਛਾ ਗੱਭਣ ਖੜੀ ਹੈ ਠੀਕ ਹੈ ਇਹ ਜੋੜੇ ਦਾ ਲੱਖ ਰੁਪਿਆ ਮੰਗਦਾ ਕਾਦਰ ਬਾਸ਼ ਅਤੇ ਪਿਆਰ ਮੁਹੱਬਤ ਹੀ ਥੋੜਾ ਬਹੁ ਕਰ ਦੇ ਸਾ ਜ਼ਿਆਦਾ ਨਹੀਂ ਠੀਕ ਹੈ ਅੱਲਾ ਖੈਰ ਕਰੇ ਇਹਦੇ ਵਾਸਤੇ ਰਾਬਤਾ ਕਰੇ ਸੋ
ਤੇ ਇਨਸ਼ਾਅੱਲਾ ਤੁਹਾਡੇ ਨਾਲ ਮੈਂ ਸੌਦਾ ਕਰਾ ਦੇਸਾਂ। ਠੀਕ ਹੈ, ਇਹ ਮਾਦੀ ਕੱਲੀ ਗਿਣਸੋ ਤੇ ਭਾਵੇਂ ਇਹ ਗਿਣਸੋ। ਠੀਕ ਹੈ, ਇਹ ਬੱਕਰੀ ਇਹ ਪਿੰਡੀ ਸੇਲ ਹੋਈ ਖੜੀ ਹੈ ਬਰਬਾਨੀ, ਤੇ ਅੱਲਾ ਖੈਰ ਕਰੇ ਬਾਈ। ਕੋਈ ਬੱਕਰੀ ਹੈ ਬਾਈ? ਦਿਖਾਓ ਸ਼ਜ਼ਾ। ਇਹ ਬੱਕਰੀ ਅੱਛਾ, ਇਹ ਕਿਤਨਾ ਦੀ ਹੈ? ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਇਹਦੀ ਕੀ ਕੀਮਤ ਹੈ? ਡੇਢ ਲੱਖ ਤੱਲੇ ਕਿਹੜੀ ਸ਼ਾਇ? ਕਸ਼ੇ ਕਹਿੰਦੀ ਤੱਲੇ ਤੇ ਖੀਰ ਕਿਤਨਾ? ਖੀਰ ਹੁੰਦੇ ਸੀ ਤਕਰੀਬਨ 4 ਲੀਟਰ ਦਾ ਦੋਹਾਂ ਟਾਈਮਾਂ ਦਾ। ਇਹ ਜੀ 1.5 ਲੱਖ ਰੁਪਇਆ ਆਦਾ ਹੈ, 4 ਤੋਂ 5 ਥੀਸੀ। ਅੱਛਾ, ਇਹ 1.5 ਲੱਖ ਰੁਪਇਆ ਦੇ ਆਦੇ ਤੱਲੇ ਕੋਈ ਸ਼ੈ ਕਹਿ ਨਹੀਂ। ਠੀਕ ਹੈ, ਇਹ ਦੁੱਧ 4 ਤੋਂ 5 ਲੀਟਰ ਚੋਈ ਕਰਕੇ ਦੇ ਸੈ? ਕਰਕੇ ਦੇ ਸਾ, ਜੋ ਅਗਰ ਬੰਦਾ ਇਥੇ ਰਾਵੇ ਦੂਦੀ ਦੂਦੀ ਗਲ ਰਾਵੇ ਆਪਣਾ ਚੋਈ ਕਰਕੇ। ਠੀਕ ਹੈ ਠੀਕ, ਇਹ ਬੱਕਰੀ ਕਰਾਸ થઈ ਖੜੀ ਹੈ 20 ਦਿਹਾਣੇ ਪੰਜੇ। ਅੱਛਾ, 20 25 ਦਿਹਾਣਾਂ ਦੀ ਕਰਾਸ થઈ ਖੜੀ? ਕਰਾਸ થઈ ਖੜੀ। ਅੱਛਾ, ਖੀਰ ਸ਼ੀਰ ਹੈ ਨਾ ਬਾ? ਕੋਈ ਧਾਰਾ ਹੋ ਜਨ ਕੋਈ? ਅੱਛਾ, ਇਹਦੇ ਦਾਂਦਰੀ ਖਾ ਨਵੀਂ ਬੱਕਰੀ ਹਾਂ ਜੀ। ਠੀਕ ਹੈ ਠੀਕ ਹੈ ਠੀਕ, ਇਹਦੀ ਕੀ ਕੀਮਤ ਹੈ? ਇਹਦੀ ਪਿਆਰ ਮੁਹੱਬਤ ਕਰਦੇ ਤੂੰ ਮੰਗਦਾ 70 ਪਾਇਆ। ਚਲੋ 70,000। ਹਾਂ ਪਿਆਰ ਮੁਹੱਬਤ ਥੀ ਵੈਸੀ। ਪਿਆਰ ਮੁਹੱਬਤ ਕਰਦੇ ਇਹਦਾ ਜੀ 70,000 ਮੰਗਦਨ ਜੀ। ਵੱਡੀ ਬੱਕਰੀ ਹੈ ਦੇਖੋ ਜੀ, ਇਹ ਖਹਰ ਹੀ ਬੱਕਰੀ ਦੇ ਮੁਕਾਬਲੇ, ਇਹ ਦੇਖੋ ਹਾਂਜੀ ਹਾਂ ਖਹਰ ਹੀ ਬੱਕਰੀ ਦੇ ਮੁਕਾਬਲੇ ਜੀ। ਅੱਛਾ, ਇਹਦੇ ਮੁਕਾਬਲੇ ਦਾ ਖੀਰ ਦੇਂਦੀ ਹੈ? ਮੁਕਾਬਲੇ ਖੀਰ ਕਦ ਵਜੂਦ ਦੇਗਿਨੋ ਸਫੈਦ ਕਲਰ ਹੈ ਜੀ। ਠੀਕ ਹੈ ਜੀ, ਅੱਲਾ ਖੈਰ ਕਰੇ। ਆਦੇ 70,000 ਘਿੰਸਾਂ 20-25 ਦਿਨਾਂ ਦੀ ਕਰਾਸ ਹੋਈ ਖੜੀ ਹੈ। ਠੀਕ ਹੈ, ਖੀਰ ਇਹਦਾ ਧਾਰ ਧਾਰ ਹੈ। ਠੀਕ ਹੈ ਜੀ, ਤ੍ਰੀਜਾ ਵਾਰਾ? ਹਾਂ ਤ੍ਰੀਜਾ ਵਾਰਾ, ਤ੍ਰੀਜਾ ਵਾਰਾ ਕਰਾਸ ਹੋਈ ਖੜੀ ਹੈ। ਠੀਕ ਹੈ ਜੀ, 70,000 ਰੁਪਇਆ ਦੇ ਘਿੰਸਾਂ ਪਿਆਰ ਮੁਹੱਬਤ ਥੀ ਵੈਸੀ। ਠੀਕ ਹੈ ਜੀ, ਬੜੀ ਮਿਹਰਬਾਨੀ ਕਾਦਰ ਬਾਸ਼, ਮੈਂ ਸਾਰੀਆਂ ਬੱਕਰੀਆਂ ਕਾਦਰ ਬਾਸ਼ ਦੀਆਂ ਲਿਖਾਈਆਂ। ਜਿਹੜੀ ਜਿਹੜੀ ਬੱਕਰੀ ਕੋਈ ਘਿੰਨਣਾ ਚਾਹੇ ਤਾਂ ਮੇਰੇ ਨਾਲ ਰਾਬਤਾ ਕਰ ਸਕਦਾ ਹੈ। ਕਾਲ ਨੰਬਰ ਹੈ ਮੇਰਾ 0311-784-37-34, ਵਟਸਐਪ ਨੰਬਰ ਹੈ ਮੇਰਾ 0346-658-97-16, ਲੋਕੇਸ਼ਨ ਮੇਰੀ ਜ਼ਿਲ੍ਹਾ ਲਈਏ। ਠੀਕ ਹੈ, ਇਹ ਫਾਰਮ ਵਿੱਚ ਕੋਈ ਬੱਕਰੀ ਗਿਣਸੋ, ਠੀਕ ਹੈ, ਮੇਰੀ ਮਿਠਾਈ 5,000 ਰੁਪਏ ਸੀ। ਠੀਕ ਹੈ, ਅੱਲਾ ਖੈਰ ਕਰੇ। ਵੀਡੀਓ ਅੱਛੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਸੋ, ਬੈਲ ਦਾ ਬਟਨ ਦਬੇ ਸੋ। ਮਿਲਦੇ ਹਾਂ ਅਗਲੀ ਵੀਡੀਓ 'ਚ। ਪਾਕਿਸਤਾਨ ਜ਼ਿੰਦਾਬਾਦ।